अकाल चैनल नू सब्सक्राइब करो, नवी वीडियोस दी नोटिफिकेशन दे ले, बेल आइकन नू क्लिक करना ना भूलना। ਸਤਿ ਸ਼੍ਰੀ ਅਕਾਲ, ਮੈਂ ਅਮਨਪ੍ਰੀਤ ਕੌਰ। ਅਕਾਲ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਹਾਜ਼ਰ ਹਾਂ ਇੱਕ ਨਵਾਂ ਪ੍ਰੋਗਰਾਮ ਲੈ ਕੇ, ਜਿਸ ਦੇ ਵਿੱਚ ਅਸੀਂ ਪੰਜਾਬ ਦੀ ਸਿਆਸਤ, ਪੰਜਾਬ ਦੀ ਰਾਜਨੀਤੀ ਬਾਰੇ ਗੱਲ ਕਰਾਂਗੇ। ਗੱਲ ਕਰਾਂਗੇ 13 ਲੋਕ ਸਭਾ ਸੀਟਾਂ ਦੀ, ਲੋਕਾਂ ਦੇ ਮੁੱਦੇ ਜਾਣਾਂਗੇ, ਲੋਕਾਂ ਦੀ ਰਾਏ ਜਾਣਾਂਗੇ ਅਤੇ ਕਿਹੜੇ ਕਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਕੁਝ 'ਤੇ ਸਿੱਟਾਂ 'ਤੇ ਉਮੀਦਵਾਰਾਂ ਦਾ ਨਾਮ ਐਲਾਨੇ ਜਾਣੇ ਹਾਲੇ ਬਾਕੀ ਨੇ। ਇਸ ਵਾਰ ਅਸੀਂ ਗੱਲ ਕਰਾਂਗੇ ਸੰਗਰੂਰ ਲੋਕ ਸਭਾ ਸੀਟ ਦੀ। ਸੰਗਰੂਰ ਲੋਕ ਸਭਾ ਸੀਟ ਕਾਫੀ ਚਰਚਾ ਦੇ ਵਿੱਚ ਰਹਿਣ ਵਾਲੀ ਹੈ। ਇਸ ਸੀਟ ਤੋਂ ਕਾਂਗਰਸ ਨੇ ਕੇਵਲ ਸਿੰਘ ਢਿੱਲੋਂ, ਅਕਾਲੀ ਦਲ ਨੇ ਪਰਵਿੰਦਰ ਸਿੰਘ ਢੀਂਡਸਾ, ਆਪ ਨੇ ਭਗਵੰਤ ਮਾਨ, PDA ਨੇ ਜੱਸੀ ਜਸਰਾਜ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਯਾਨੀ ਕਿ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ ਦਿੱਗਜ ਉਮੀਦਵਾਰਾਂ ਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੌਜੂਦਾ ਸੰਸਦ ਮੈਂਬਰ ਯਾਨੀ ਕਿ ਭਗਵੰਤ ਮਾਨ ਦੀ। 2014 'ਚ ਭਗਵੰਤ ਮਾਨ ਨੂੰ ਸੰਗਰੂਰ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਅਤੇ ਸੰਗਰੂਰ ਦੀ ਸੀਟ ਭਗਵੰਤ ਮਾਨ ਦੀ ਝੋਲੀ ਪਾਈ। ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਵੱਡੇ ਵੱਡੇ ਵਾਅਦੇ ਕੀਤੇ। ਦੇਖਦਿਆਂ ਭਗਵੰਤ ਮਾਨ ਨੇ ਕਿੰਨੇ ਉਹ ਵਾਅਦੇ ਪੂਰੇ ਕੀਤੇ ਨੇ ਅਤੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਭਗਵੰਤ ਮਾਨ ਨੇ ਕਿਸ ਤਰ੍ਹਾਂ ਕੀਤੀ ਸੀ। ਭਗਵੰਤ ਮਾਨ ਸੰਗਰੂਰ ਤੋਂ ਮੌਜੂਦਾ ਸੰਸਦ, ਜਿਨ੍ਹਾਂ ਨੇ ਕਿ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ 2011 ਦੇ ਵਿੱਚ ਮਾਨ ਪੀਪਲਸ ਪਾਰਟੀ ਆਫ ਪੰਜਾਬ ਵਿੱਚ ਸ਼ਾਮਿਲ ਹੋ ਕੇ ਕੀਤੀ ਸੀ। 2012 ਦੇ ਵਿੱਚ ਉਹਨਾਂ ਨੂੰ ਲਹਿਰਾ ਗਾਗਾ ਹਲਕੇ ਤੋਂ ਚੋਣ ਲੜੀ ਪਰ ਹਾਰ ਗਏ। ਇਸ ਤੋਂ ਬਾਅਦ ਮਾਰਚ 2014 ਦੇ ਵਿੱਚ ਉਹਨਾਂ ਨੇ ਪੀਪਲਸ ਪਾਰਟੀ ਛੱਡ ਦਿੱਤੀ ਅਤੇ ਸੰਗਰੂਰ ਲੋਕ ਸਭਾ ਤੋਂ ਚੋਣ ਲੜਨ ਦੇ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਚੋਣ ਦੇ ਵਿੱਚ ਉਹਨਾਂ ਨੂੰ ਵੱਡੀ ਲੀਡ ਹਾਸਲ ਹੋਈ ਅਤੇ ਇਹ ਸੀਟ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਈ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਹੇ ਜਾਣ ਤੇ ਮਾਫ਼ੀ ਮੰਗੇ ਜਾਣ ਮਗਰੋਂ ਭਗਵੰਤ ਮਾਨ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਾਰਟੀ ਵੱਲੋਂ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਗਿਆ। ਆਪ ਵੱਲੋਂ ਉਹਨਾਂ ਨੂੰ ਲਗਾਤਾਰ ਦੂਜੀ ਵਾਰ ਪਾਰਟੀ ਦਾ ਸੂਬਾ ਪ੍ਰਧਾਨ ਵੀ ਥਾਪਿਆ ਗਿਆ। ਸਿਆਸਤਦਾਨ ਬਣਨ ਤੋਂ ਪਹਿਲਾਂ ਉਹ ਪੰਜਾਬ ਦੇ ਇਤਿਹਾਸਰਸ ਕਲਾਕਾਰ ਸਨ। ਸਿਆਸਤ ਤੋਂ ਪਹਿਲਾਂ ਮਾਨ ਨੇ ਆਪਣੇ ਸਕਿੱਟਾਂ ਨਾਲ ਲੋਕਾਂ ਨੂੰ ਖੂਬ ਹਸਾਇਆ ਸੀ। ਦੱਸ ਦਈਏ ਕਿ ਮਾਨ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਅਤੇ ਮਾਨ ਦੀ ਸ਼ਰਾਬ ਪੀਣ ਦੀ ਆਦਤ ਨੇ ਉਹਨਾਂ ਨੂੰ ਕਈ ਵਾਰ ਖਰੀਆਂ ਖੋਟੀਆਂ ਸੁਣਨ ਲਈ ਮਜਬੂਰ ਕਰ ਦਿੱਤਾ। ਭਗਵੰਤ ਮਾਨ ਉੱਤੇ ਅਕਸਰ ਹੀ ਸਮਾਗਮਾਂ ਤੇ ਰੈਲੀਆਂ ਦੇ ਵਿੱਚ ਸ਼ਰਾਬ ਪੀ ਕੇ ਜਾਣ ਦਾ ਇਲਜ਼ਾਮ ਲੱਗਦਾ ਰਹਿੰਦਾ ਹੈ। ਸਾਲ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਬਠਿੰਡਾ ਰੈਲੀ ਦੇ ਦੌਰਾਨ ਉਹ 5 ਮਿੰਟ ਤੱਕ ਲੋਕਾਂ ਨੂੰ ਫਲਾਇੰਗ ਕਿਸ ਕਰਦੇ ਰਹੇ ਸਨ। ਪ੍ਰਸ਼ਾਂਤ ਭੂਸ਼ਣ ਨੇ ਇਸ ਦੌਰਾਨ ਟਵੀਟ ਕਰਕੇ ਇਸ ਦੀ ਨਿੰਦਾ ਵੀ ਕੀਤੀ ਸੀ ਅਤੇ ਬਰਨਾਲਾ ਦੇ ਵਿੱਚ ਕੀਤੀ ਗਈ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਭਗਵੰਤ ਮਾਨ ਨੇ ਸ਼ਰਾਬ ਛੱਡ ਦਿੱਤੀ ਹੈ। ਭਗਵੰਤ ਮਾਨ ਦੇ ਸ਼ਰਾਬ ਪੀਣ ਨੂੰ ਵੀ ਵਿਰੋਧੀਆਂ ਵੱਲੋਂ ਤਿੱਖੇ ਤੰਸ ਕਸੇ ਜਾਂਦੇ ਸਨ ਅਤੇ ਜਿਵੇਂ ਹੀ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕੀਤਾ ਸੀ ਤਾਂ ਉਸ ਤੋਂ ਬਾਅਦ ਵੀ ਵਿਰੋਧੀਆਂ ਨੇ ਉਹਨਾਂ ਤੇ ਚੁਟਕੀ ਲਈ ਸੀ। ਤੇ ਮੈਂ ਆਪਣਾ ਰਿਪੋਰਟ ਕਾਰਡ ਲੈ ਕੇ ਜਾਊਂਗਾ 5 ਸਾਲ ਦਾ ਅਤੇ ਸੰਗਰੂਰ ਦੇ ਲੋਕ ਜਿਹੜੇ ਨੇ ਉਹ ਪਹਿਲਾਂ ਨਾਲੋਂ ਵੀ ਵੱਧ ਮੈਨੂੰ ਹੁੰਗਾਰਾ ਦੇ ਰਹੇ ਨੇ। ਬਾਕੀ 19 ਤਰੀਕ ਨੂੰ ਬਟਨ ਦੱਬ ਕੇ ਦੱਸ ਦੇਣਗੇ ਕਿ 23 ਤਰੀਕ ਨੂੰ ਪਤਾ ਲੱਗ ਜੂਗਾ ਕਿ ਕੌਣ ਕਿਹਦੇ ਲਈ ਚੁਣੌਤੀ ਹੈ, ਕਿਤੇ ਲੋਕ ਵਿਸ਼ਵਾਸ ਕਰਦੇ ਨੇ। ਦੇਖੋ, ਵੈਸੇ ਪੰਜਾਬ ਦੇ ਵਿੱਚ ਪਹਿਲਾਂ ਵਾਲਾ ਮੈਨੀਫੈਸਟੋ ਤਾਂ ਪੂਰਾ ਨਹੀਂ ਹੋਇਆ ਜੀ। ਇਹ ਨਵਾਂ ਮੈਨੀਫੈਸਟੋ ਜਾਰੀ ਕਰਨ ਦੀ ਕੀ ਲੋੜ ਸੀ? ਪਹਿਲਾਂ ਵਾਲਾ ਹੀ ਨਵੀਂ ਜਿਲਦ ਲਾ ਕੇ ਰਿਲੀਜ਼ ਕਰ ਦਿੰਦੇ। ਘਰ ਘਰ ਨੌਕਰੀ ਦੇਣ ਦਾ ਜਿਹੜਾ ਵਾਅਦਾ ਪੂਰਾ ਹੋ ਗਿਆ, ਜਿਹੜਾ ਇਹਨਾਂ ਨੂੰ ਨਵਾਂ ਮੈਨੀਫੈਸਟੋ ਜਾਰੀ ਕਰਨਾ ਪੈ ਗਿਆ। ਕਿਸਾਨਾਂ ਦਾ ਕਰਜ਼ਾ ਸਾਰਾ ਮਾਫ਼ ਹੋ ਗਿਆ, ਜਿਹੜਾ ਨਵਾਂ ਮੈਨੀਫੈਸਟੋ ਜਾਰੀ ਕਰਨਾ ਪੈ ਗਿਆ। 2500 ਰੁਪਏ ਬੁਢਾਪਾ ਪੈਨਸ਼ਨ ਮਿਲਣ ਲੱਗ ਗਈ ਪੰਜਾਬ ਦੇ ਵਿੱਚ ਬਜ਼ੁਰਗਾਂ ਨੂੰ, ਜਿਹੜਾ ਨਵਾਂ ਮੈਨੀਫੈਸਟੋ ਜਾਰੀ ਕਰਨਾ ਪੈ ਗਿਆ। 5-5 ਮਰਲਿਆਂ ਦੇ ਪਲਾਟ ਮਿਲ ਗਏ ਦਲਿਤਾਂ ਨੂੰ, ਗਰੀਬਾਂ ਨੂੰ, ਬੇਘਰਾਂ ਨੂੰ, ਜਿਹੜਾ ਨਵਾਂ ਮੈਨੀਫੈਸਟੋ ਜਾਰੀ ਕਰਨਾ ਪੈ ਗਿਆ। ਸਮਾਰਟਫੋਨ ਵੀ ਸ਼ਾਇਦ ਮਿਲ ਗਏ ਹੋਣਗੇ, ਜਿਹੜਾ ਨਵਾਂ ਮੈਨੀਫੈਸਟੋ ਜਾਰੀ ਕਰਨਾ ਪੈ ਗਿਆ। 129 ਪੰਨਿਆਂ ਦਾ ਮੈਨੀਫੈਸਟੋ ਸੀ 2017 'ਚ ਕੈਪਟਨ ਸਾਹਿਬ ਨੇ, ਜਿਹੜਾ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਸੀ, ਉਹਦੇ 'ਚੋਂ ਅੱਧਾ ਪੰਨਾ ਵੀ, ਅੱਧਾ ਪੇਜ ਵੀ ਉਹ 'ਚੋਂ ਪੂਰਾ ਨਹੀਂ ਹੋਇਆ। ਨਵਾਂ ਮੈਨੀਫੈਸਟੋ ਕਾਹਦਾ, ਹੁਣ ਨਵੇਂ ਵਾਅਦੇ ਕਰ ਲਏ, ਠੀਕ ਹੈ ਨਾ? ਸੋ ਮੈਨੀਫੈਸਟੋ, ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹ ਬੋਲਿਆ ਸੀ ਕਿ ਮੈਨੀਫੈਸਟੋ ਜਿਹੜੇ ਨੇ ਉਹ ਰਿਕਾਰਡਡ
ਰਜਿਸਟਰਡ ਅਤੇ ਲੀਗਲ ਡਾਕੂਮੈਂਟ ਹੋਣੇ ਚਾਹੀਦੇ ਨੇ ਤਾਂ ਕਿ ਮੈਨੀਫੈਸਟੋ ਦੇ ਵਾਅਦੇ ਪੂਰੇ ਨਾ ਕਰਨ 'ਤੇ ਉਸ ਪਾਰਟੀ ਦੀ ਮਾਨਤਾ ਰੱਦ ਹੋਣ ਦਾ ਖਤਰਾ ਰਹੇ ਉਹਨਾਂ ਨੂੰ, ਤਾਂ ਕਿ ਉਹ ਐਡੇ ਐਡੇ ਵਾਅਦੇ ਨਾ ਕਰਨ ਜਿਹਦੇ ਨਾਲ ਲੋਕਾਂ ਨੂੰ ਉਹ ਭਰਮਾ ਸਕਣ। ਸਾਡੇ ਉਮੀਦਵਾਰ ਜਿਹੜੇ ਜਗਮੋਹਨ ਧਵਨ ਜੀ ਨੇ, ਹਰਮੋਹਨ ਧਵਨ ਜੀ, ਉਹ ਬੜੇ ਤਜਰਬੇਕਾਰ ਨੇ, ਪਹਿਲਾਂ ਤੋਂ ਵੀ ਉਹ ਮਿਨਿਸਟਰ ਵੀ ਰਹੇ ਨੇ, ਇੰਡੀਆ ਦੇ ਮਿਨਿਸਟਰ ਰਹੇ ਨੇ, ਸੋ ਉਹ ਆਪਣਾ ਪ੍ਰਚਾਰ ਜਿਹੜਾ ਉਹ ਚਲਾ ਰਹੇ ਨੇ, ਉਹਨਾਂ ਨੂੰ ਇਲੈਕਸ਼ਨਾਂ ਲੜਨ ਦਾ ਤਜਰਬਾ ਵੀ ਹੈ। ਅਤੇ ਬਾਕੀ ਮੋਦੀ ਦੇ ਵਾਅਦੇ ਅਤੇ ਕੈਪਟਨ ਦੇ ਵਾਅਦੇ ਦੋਨੇ ਯਾਦ ਕਰਾਵਾਂਗੇ ਚੰਡੀਗੜ੍ਹੀਆਂ ਨੂੰ, ਅਤੇ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਕੌਣ ਕਿੰਨੇ ਪਾਣੀ 'ਚ ਆ। 19 ਮਈ ਨੂੰ ਉਹ ਦੱਸ ਦੇਣਗੇ, 23 ਨੂੰ ਰਿਜ਼ਲਟ ਆਜੂਗਾ। ਸਾਡੇ ਨਾਲ ਇਸ ਤਰ੍ਹਾਂ ਦਾ ਕੋਈ ਹਜੇ ਕੋਈ ਡਿਸਕਸ਼ਨ ਨਹੀਂ ਹੋਇਆ। ਨਾਲੇ ਲੋਕ ਸਭਾ ਦੀਆਂ ਚੋਣਾਂ ਨੇ ਜੀ, ਇਹ 'ਚ ਹਰੇਕ ਨੂੰ ਹੱਕ ਹੈ। ਅਸੀਂ ਉਹਨਾਂ ਦੀ ਖਾਲੜਾ ਮੈਡਮ ਜਿਹੜੇ ਨੇ, ਬੀਬੀ ਖਾਲੜਾ ਜੀ, ਉਹਨਾਂ ਦੇ ਪਰਿਵਾਰ ਦੀ ਜਿਹੜੀ ਮਨੁੱਖੀ ਅਧਿਕਾਰਾਂ ਪ੍ਰਤੀ ਲੜਾਈ ਹੈ ਜਾਂ ਸ਼ਹਾਦਤ ਹੋਈ ਹੈ, ਉਹਦੀ ਕਦਰ ਕਰਦੇ ਹਾਂ। ਪਰ ਲੋਕ ਸਭਾ ਦੀਆਂ ਚੋਣ, ਉਹਨਾਂ ਨੂੰ ਕੋਈ ਹੁਣ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਰਲ ਕੇ ਰਾਜ ਸਭਾ 'ਚ ਕਿਉਂ ਨਹੀਂ ਲੈ ਕੇ ਜਾਂਦੇ, ਜਿੱਥੇ ਵੋਟਾਂ ਮੰਗਣ ਦੀ ਲੋੜ ਹੀ ਨਾ ਪਵੇ। ਰਾਜ ਸਭਾ ਬਣਾਈ ਇਹੋ ਜਿਹੇ ਲੋਕਾਂ ਲਈ ਹੈ ਜਿਨ੍ਹਾਂ ਨੇ ਕੋਈ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਕੋਈ ਦੇਸ਼ ਦਾ ਨਾਮ ਉੱਚਾ ਕੀਤਾ, ਪਰ ਉਹ ਜਿਹੜੀ ਐਕਟਿਵ ਪੋਲੀਟਿਕਸ ਦੇ ਵਿੱਚ ਨਹੀਂ ਜਾ ਸਕਦੇ, ਵੋਟਾਂ ਮੰਗਣ ਦਾ ਕੰਮ ਨਹੀਂ ਉਹ ਕਰ ਸਕਦੇ, ਤਾਂ ਉੱਥੇ ਰਾਜ ਸਭਾ 'ਚ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ। ਦੇਖੋ, ਰਵਨੀਤ ਬਿੱਟੂ ਹੋਰਾਂ ਦਾ ਵਿਰੋਧ ਉਹਨਾਂ ਦੇ ਆਪਦੇ MLA ਕਰ ਰਹੇ ਨੇ, ਠੀਕ ਹੈ ਜੀ। ਜਲੰਧਰ ਤੋਂ ਚੌਧਰੀ ਸਾਹਿਬ ਦਾ ਸਟਿੰਗ ਆਪਰੇਸ਼ਨ ਪੈਸੇ ਮੰਗਣ ਦਾ ਆਇਆ, ਇਹਦਾ ਮਤਲਬ ਕਾਂਗਰਸ ਨੇ ਇਹ ਸਾਬਤ ਕਰਤਾ, ਇੱਕ ਵਾਰੀ ਫਿਰ ਸਬੂਤ ਦੇਤਾ ਕਿ ਭ੍ਰਿਸ਼ਟਾਚਾਰ ਦੀ ਜਿਹੜੀ ਉਹਨਾਂ ਨੂੰ ਮਾਂ ਕਿਹਾ ਜਾਂਦਾ, ਅਤੇ ਉਹ ਇੱਕ ਵਾਰੀ ਚਿਹਰਾ ਫਿਰ ਦੁਬਾਰਾ ਉਹਨਾਂ ਦਾ ਲੋਕਾਂ ਸਾਹਮਣੇ ਆ ਗਿਆ, ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦੇ। ਮਤਲਬ ਦੇਖੋ, ਇਹੀ ਚੀਜ਼ ਜਿਹੜੀ ਆ ਉਹੀ ਸਿਸਟਮ ਨੂੰ ਗੰਧਲਾ ਕਰ ਰਹੀ ਹੈ ਨਾ। ਇਸ ਵਾਰ ਪਾਰਲੀਮੈਂਟ ਜਿਹੜੀ 15ਵੀਂ ਲੋਕ ਸਭਾ ਦਾ ਮੈਂਬਰ ਮੈਂ ਹਾਂ, ਉਹਦੇ ਵਿੱਚ ਹਰ ਤੀਜੇ ਬੰਦੇ 'ਤੇ ਕੋਈ ਨਾ ਕੋਈ ਕਰਪਸ਼ਨ ਦਾ, ਰੇਪ ਦਾ ਜਾਂ ਮਰਡਰ ਤੱਕ ਦਾ ਜਿਹੜੇ ਨੇ ਅਪਰਾਧਿਕ ਮਾਮਲੇ ਨੇ। ਸੋ ਜਿੰਨਾ ਚਿਰ ਚੰਗੇ ਬੰਦੇ, ਇਮਾਨਦਾਰ, ਸ਼ਾਪ ਸਭੀ ਵਾਲੇ ਬੰਦੇ ਉੱਥੇ ਜਾਂਦੇ ਨਹੀਂ, ਉਹਨਾਂ ਚਿਰ ਤੁਸੀਂ ਡਿਬੇਟਾਂ ਜਾਂ ਉਹਨਾਂ ਕਾਨੂੰਨ ਜਿਹੜੇ ਨੇ ਉਹ ਚੰਗੇ ਬਣਾਉਣ ਦੀ ਉਮੀਦ ਨਹੀਂ ਕਰ ਸਕਦੇ। ਇਸੇ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ, ਪੰਜਾਬ ਦੇ ਲੋਕਾਂ ਨੂੰ ਖਾਸ ਤੌਰ 'ਤੇ ਮੈਂ ਬੇਨਤੀ ਕਰ ਰਿਹਾ ਕਿ ਚੰਗੇ ਲੋਕਾਂ ਨੂੰ ਲੋਕ ਸਭਾ ਦੀਆਂ ਪੌੜੀਆਂ ਚੜਾਓ, ਇਮਾਨਦਾਰ ਬੰਦੇ ਜਿਹੜੇ ਹਿਸਾਬ ਦਿੰਦੇ ਹੋਣ, ਤੁਹਾਡੇ ਨਾਲ ਰਹਿੰਦੇ ਹੋਣ, ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਹੋਣ, ਉਹ ਜਿਹੇ ਲੋਕਾਂ ਨੂੰ ਅੱਗੇ ਲੈ ਕੇ ਆਓ। ਅੱਜ ਜਾਂ ਕੱਲ੍ਹ ਦੇ ਵਿੱਚ ਸਾਡੇ ਜਿਹੜੇ ਬਾਕੀ ਉਮੀਦਵਾਰਾਂ ਦੀ ਜਿਹੜੀ ਸੂਚੀ ਹੈ ਉਹ ਆਜੂਗੀ। ਮੈਂ ਤੁਹਾਡੇ ਨਾਲ ਇੱਕ ਇੰਟਰਵਿਊ 'ਚ ਕਈ ਦਿਨ ਪਹਿਲਾਂ ਕਿਹਾ ਸੀਗਾ ਕਿ ਉਹ ਢੀਂਡਸਾ ਪਰਿਵਾਰ ਨੂੰ ਪਾੜ ਰਿਹਾ ਸੁਖਬੀਰ ਬਾਦਲ। ਦੇਖੋ, ਸੁਖਦੇਵ ਸਿੰਘ ਢੀਂਡਸਾ ਜੀ ਬਹੁਤ ਤਜਰਬੇਕਾਰ ਨੇ, ਮੇਰੀ ਤਾਂ ਉਨੀ ਉਮਰ ਵੀ ਨਹੀਂ ਹੈਗੀ ਜਿੰਨਾ ਉਹਨਾਂ ਦਾ ਰਾਜਨੀਤੀ ਤਜਰਬਾ। ਉਹਨਾਂ ਨੇ ਕੰਧ ਦੇ ਪਰਲੇ ਪਾਸੇ ਲਿਖਿਆ, ਪੜ੍ਹ ਲਿਆ ਕਿ ਅਕਾਲੀ ਦਲ ਜੋ ਹੈ ਨਫ਼ਰਤ ਦਾ ਪਾਤਰ ਹੈ, ਸੁਖਦੇਵ ਸਿੰਘ ਢੀਂਡਸਾ ਦੇ ਦਿਲ 'ਚ ਬੇਅਦਬੀ ਦਾ ਦਰਦ ਹੈ, ਠੀਕ ਹੈ ਨਾ। ਉਹ ਕਹਿੰਦੇ ਵੀ ਨਹੀਂ, ਜੇ ਇੱਦਾਂ ਹੋਇਆ ਤਾਂ ਮੈਂ ਨਹੀਂ ਜਾਊਂਗਾ ਲੋਕਾਂ 'ਚ। ਤਾਂ ਇਹਨੂੰ ਸੁਖਬੀਰ ਬਾਦਲ ਨੂੰ ਬੇਅਦਬੀ ਦਾ ਦਰਦ ਕੋਈ ਨਹੀਂ, ਉਹ ਪਰਮਿੰਦਰ ਢੀਂਡਸੇ ਨੂੰ ਕਹੀ ਜਾਂਦਾ ਕਿ ਮੈਂ ਕਿਹੜਾ ਆਪਣੇ ਬਾਪ ਦੀ ਮੰਨਦਾ, ਤੂੰ ਬਿਨਾਂ ਮੰਨ। ਸੋ ਮੈਂ ਤਾਂ ਫਿਰ ਇੱਕ ਵਾਰੀ ਪਰਮਿੰਦਰ ਢੀਂਡਸਾ ਨੂੰ ਬੇਨਤੀ ਕਰੂੰਗਾ ਕਿ ਆਗਿਆਕਾਰੀ ਪੁੱਤਰ ਹੋਣ ਦਾ ਸਬੂਤ ਦਿਓ, ਆਪਣੇ ਪਿਤਾ ਜੀ ਦੀ ਸਿੱਖਿਆਵਾਂ 'ਤੇ ਚੱਲੋ। ਹੁਣ ਇੱਕ ਨਜ਼ਰ ਮਾਰ ਲੈਂਦੇ ਹਾਂ ਸੰਗਰੂਰ ਹਲਕੇ 'ਚ ਭਗਵੰਤ ਮਾਨ ਦੀ ਕਾਰਗੁਜ਼ਾਰੀ ਅਤੇ ਸੰਸ ਦੀ ਕਾਰਗੁਜ਼ਾਰੀ 'ਤੇ। ਭਗਵੰਤ ਮਾਨ ਦੀ ਸੰਸ ਦੀ ਕਾਰਗੁਜ਼ਾਰੀ ਅਤੇ ਆਪਣੇ ਹਲਕੇ ਦੇ ਵਿੱਚ ਜੋ ਕੰਮ ਕੀਤੇ ਨੇ ਉਸ ਦੇ ਬਾਰੇ ਵੀ ਲੋਕਾਂ ਵੱਲੋਂ ਆਪਣੀ ਰਾਏ ਦਿੱਤੀ ਗਈ ਹੈ ਅਤੇ ਅਸੀਂ ਵੀ ਇਹ ਜਾਣਦੇ ਹਾਂ ਕਿ ਭਗਵੰਤ ਮਾਨ ਨੇ ਸੰਸ ਦੀ ਕਾਰਗੁਜ਼ਾਰੀ ਕਿੱਦਾਂ ਦੀ ਸੀ। ਭਗਵੰਤ ਮਾਨ ਵੱਲੋਂ ਖੇਤੀ ਸੰਕਟ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ, ਕਰਜ਼ ਮਾਫ਼ੀ, ਬੇਰੁਜ਼ਗਾਰੀ, ਮਹਿੰਗਾਈ, ਨਸ਼ੇ ਅਤੇ ਚਿੱਟੇ ਫੰਡ ਕੰਪਨੀਆਂ ਵੱਲੋਂ ਕੀਤੀ ਗਈ ਲੁੱਟ ਵਰਗੇ ਮੁੱਦੇ ਚੁੱਕੇ ਗਏ। ਪੰਜਾਬ ਦੇ ਵਿੱਚ ਉਹਨਾਂ ਵੱਲੋਂ ਅੰਦੋਲਨ ਸ਼ੁਰੂ ਕਰਕੇ ਘਰ ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਹਾਲਾਂਕਿ ਮਾਨ ਅਕਸਰ ਹੀ ਵਿਵਾਦਾਂ ਦੇ ਕਰਕੇ ਵੀ ਜਾਣੇ ਜਾਂਦੇ ਨੇ। ਆਮ ਆਦਮੀ ਪਾਰਟੀ ਦੇ ਲੀਡਰ ਹਰਵਿੰਦਰ ਸਿੰਘ ਖਾਲਸਾ ਨੇ ਭਗਵੰਤ ਮਾਨ ਤੇ ਸ਼ਰਾਬ ਪੀ ਕੇ ਸੰਸਦ ਦੇ ਵਿੱਚ ਆਉਣ ਦਾ ਇਲਜ਼ਾਮ ਵੀ ਲਗਾਇਆ ਸੀ। ਉਹ ਸੰਸਦ ਵਿੱਚ ਭਗਵੰਤ ਮਾਨ ਦੇ ਨਾਲ ਵਾਲੀ ਸੀਟ ਉੱਤੇ ਬੈਠੇ ਸਨ। ਉਹਨਾਂ ਨੇ ਸਪੀਕਰ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਦੀ ਸੀਟ ਬਦਲ ਦਿੱਤੀ ਜਾਵੇ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਇੱਕ ਗੈਰ ਸਰਕਾਰੀ ਸੰਸਥਾ ਲੋਕ ਲਹਿਰ ਫਾਊਂਡੇਸ਼ਨ ਦੀ ਵੀ ਸ਼ੁਰੂਆਤ ਕੀਤੀ, ਜਿਸ ਨਾਲ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਭੂਮੀਗਤ ਪਾਣੀ ਦੇ ਪ੍ਰਦੂਸ਼ਣ ਦੇ ਨਤੀਜੇ ਵਜੋਂ ਭੌਤਿਕ ਨੁਕਸਾਨ ਵਾਲੇ ਬੱਚਿਆਂ ਦੀ ਸਹਾਇਤਾ ਕੀਤੀ ਜਾ ਸਕੇ। ਜੇਕਰ ਭਗਵੰਤ ਮਾਨ ਦੇ MLA ਫੰਡ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ MLA ਨੂੰ ਸਾਲਾਨਾ 5 ਕਰੋੜ ਰੁਪਏ ਮਿਲਦੇ ਨੇ। ਉਹਨਾਂ ਸਰਕਾਰ ਤੋਂ 28.25 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਨ੍ਹਾਂ ਦੇ ਵਿੱਚੋਂ ਉਹਨਾਂ ਦੇ ਖਾਤੇ ਵਿੱਚ 25.77 ਕਰੋੜ ਰੁਪਏ ਆਏ ਸਨ। ਮਾਨ ਨੇ ਇਸ ਵਿੱਚੋਂ 20.19 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਉੱਤੇ ਖਰਚ ਕੀਤੇ ਨੇ, ਜਦਕਿ 4.86 ਕਰੋੜ ਰੁਪਏ ਉਹਨਾਂ ਦੇ ਕੋਲ ਬਕਾਇਆ ਨੇ। ਜੇਕਰ ਭਗਵੰਤ ਮਾਨ ਵੱਲੋਂ ਗੋਦ ਲਏ ਗਏ ਪਿੰਡ ਬਨੇੜਾ ਦੀ ਗੱਲ ਕਰੀਏ ਤਾਂ ਉਸ ਦੇ ਲੋਕਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੇ ਕੋਟੇ ਦੇ ਵਿੱਚ ਕਾਫੀ ਫੰਡ ਆਇਆ, ਪਰ ਉਹਨਾਂ ਨੇ ਆਦਰਸ਼ ਗ੍ਰਾਮ ਯੋਜਨਾ ਤਹਿਤ ਪਿੰਡ ਦੇ ਕੰਮ ਵਿੱਚ ਕੋਈ ਵਿਕਾਸ ਨਹੀਂ ਕੀਤਾ ਅਤੇ ਪਿੰਡ ਦੇ ਵਿੱਚ ਕੋਈ ਵੀ ਕੰਮ ਨਹੀਂ ਹੋਇਆ। MP ਵਧੀਆ ਹੋ ਸਕਦੇ ਨੇ, ਪਰ ਐਜ਼ ਏ ਪ੍ਰਧਾਨ ਦੇ ਤੌਰ ਤੇ ਪੂਰੀ ਤਰ੍ਹਾਂ ਫੇਲ ਹੋਏ ਨੇ ਮਾਨ ਸਾਹਿਬ। ਤਾਂ ਅਰਵਿੰਦ ਕੇਜਰੀਵਾਲ ਜੀ ਨੂੰ, ਮਨੀਸ਼ ਸਿਸੋਦੀਆ ਜੀ ਨੂੰ ਮੈਂ ਕਹਿਣਾ ਚਾਹੁੰਦਾ ਤੇ ਸਾਡੀ ਜਿਹੜੀ ਕੋਰ ਕਮੇਟੀ ਹੈ ਉਹਨੂੰ ਵੀ ਕਹਿਣਾ ਚਾਹੁੰਦਾ ਕਿ ਨਵਾਂ ਪ੍ਰਧਾਨ ਲਾਇਆ ਜਾਵੇ, ਕਿਉਂਕਿ ਮਾਨ ਸਾਹਿਬ
तो संगरूर हलके के लोगों को नहीं मिलते जे सानू नहीं मिल रहे जिन्होंने असी वोटा पाउनिया ने इतने के हल्के के लोगों ने तो पंजाब के लोगों को किवें मिलेंगे मान साहब तो एक नवा प्रधान जिन्हों जाके असी समस्या दस सकी क्योंकि गलतियां तो हर कोई कर सकता तो मान साहब एक दो चीज़ा ने वो सारा काम आप ही करना चाहते हैं वो बैटिंग भी आप करनी चाहते हैं बॉलिंग भी आप करनी चाहते हैं फील्डिंग भी आप करनी चाहते हैं जबकि जिहड़ा इलैक्शन आ जां पार्टी का सिस्टम चलता सारा एक एज ए टीम गेम होंदी है भगवंत मान जी नूं हफ्ते का टाइम दिंदे आ पार्टी की कोर कमेटी नूं हफ्ते का टाइम दिंदे आ नहीं फिर असीं कोई सारे जो साडे मलेकोले दा साडे लोक सभा हल्के संगरूर दे जो वर्करां दी जो भावना होगी उन्हों देखते हुए असी फैसला लवां सारे साडे खेती दे आपदे पिछले रुजगार रुक गए ने साडे सारा कुछ बहुत बहुत नुकसान हो गया साडा किसे इन्होंने पार्टियां नूं पुछी रही अज तक किसी भी सानूं फोन नहीं करिया किसी ने किसी चीज़ बारे साडे आए ने जद नहीं सानूं पुछिया कदे ना साडा संपर्क आ ना साडे पिंड दे विच कोई गरंटी आई आ एक स्कूल दे कानून दे बिना साडे माई नूं इक लारा ला के गए सी ਵੀ ਸਾਨੂੰ ਕਮਰਾ ਮਕਾਨ ਬਣਾ ਕੇ ਦੇਵਾਂਗੇ ਉਹ ਵੀ ਨਹੀਂ ਬਣਿਆ ਹੁਣ ਗੁੱਸਾ ਇਹੀ ਆ ਹੁਣ ਤਾਂ ਸਾਡਾ ਜੀ ਕਰਦਾ ਵੀ ਅਸੀਂ ਹੋਰ ਕਿਸੇ ਨੂੰ ਪਾਵਾਂਗੇ ਚਾਹੇ ਸਿਮਰਜੀਤ ਸਿੰਘ ਮਾਣ ਨੂੰ ਪਾ ਦਈਏ ਇਹ ਮਾਣ ਨੂੰ ਨਹੀਂ ਬਣ ਝੂਠਾ ਜੀ ਬਿਲਕੁਲ ਝੂਠਾ ਸਟਰੀਟ ਲਾਈਟਾਂ ਕਿਹਾ ਸੀ ਉਹ ਨਹੀਂ ਸਾਡੇ ਪਿੰਡ ਨੂੰ ਆਈਆਂ ਇੱਕ ਆਰੋ ਕਿਹਾ ਸੀਗਾ ਵੀ ਮੈਂ ਲਾਊਂਗਾ ਉਹ ਨਹੀਂ ਲਾਇਆ ਨੇ ਪੂਰਾ ਹੀ ਝੂਠਾ ਜਦੋਂ ਵਾਅਦਾ ਹੀ ਨਹੀਂ ਕੋਈ ਪੂਰਾ ਹੋਇਆ ਆਪ ਉਮੀਦਵਾਰ ਭਗਵੰਤ ਮਾਨ ਮੁੜ ਤੋਂ ਦੂਜੀ ਵਾਰ ਚੋਣ ਮੈਦਾਨ ਦੇ ਵਿੱਚ ਨੇ ਜੋ ਆਪ ਦੇ ਸੂਬਾ ਪ੍ਰਧਾਨ ਵੀ ਨੇ ਅਤੇ ਮਾਨ ਨੇ ਪਿਛਲੇ 5 ਸਾਲ ਦੀ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ 'ਚ ਜਾ ਰਹੇ ਨੇ ਜਿਨ੍ਹਾਂ ਨੇ ਕਿ ਪਿਛਲੇ ਕਰੀਬ ਮਹੀਨੇ ਤੋਂ ਆਪਣੀ ਚੋਣ ਮੁਹਿੰਮ ਭਖਾ ਰੱਖੀ ਹੈ ਪਰ ਪੀਡੀਏ ਦੇ ਉਮੀਦਵਾਰ ਜੱਸੀ ਜਸਰਾਜ ਨੇ ਸਿਆਸੀ ਦਾਤ ਨਾਲ ਕਣਕ ਦੀ ਫਸਲ ਵਾਂਗ ਆਪ ਦੀ ਪੱਕੀ ਪਕਾਈ ਕਣਕ ਨੂੰ ਕੱਟਣ ਵਿੱਚ ਜੁਟ ਗਏ ਨੇ ਆਪ ਦੇ ਖਿਲਰੇ ਝਾੜੂ 'ਚੋਂ ਸ਼ਰੀਕ ਬਣ ਕੇ ਨਿਕਲਿਆ ਹੈ ਜੱਸੀ ਜਸਰਾਜ ਪੀਡੀਏ ਨੇ ਆਪਣੇ ਦਿੱਗਜ ਉਮੀਦਵਾਰ ਜੱਸੀ ਜਸਰਾਜ ਨੂੰ ਭਗਵੰਤ ਮਾਨ ਦੀ ਟੱਕਰ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਸਰਾਜ ਦੇ ਨਾਮ ਦੇ ਐਲਾਨ ਤੋਂ ਬਾਅਦ ਹੀ ਉਹਨਾਂ ਨੇ ਆਪਣੇ ਵਿਰੋਧੀਆਂ 'ਤੇ ਤਿੱਖੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਭਗਵੰਤ ਮਾਨ ਨੂੰ ਜੱਸੀ ਜਸਰਾਜ ਨੇ ਕਿਵੇਂ ਪੜ੍ਹਨੇ ਪਾਇਆ ਉਹ ਤੁਸੀਂ ਵੀ ਸੁਣੋ ਨਾਲੇ ਜੱਸੀ ਜਸਰਾਜ ਨੇ ਕੇਜਰੀਵਾਲ ਨੂੰ ਕਿਵੇਂ ਲੰਬੇ ਹੱਥ ਲਿਆ ਆਓ ਸੁਣਦੇ ਹਾਂ ਬਹੁਤ ਅੱਛਾ ਸਾਥ ਮਿਲਿਆ ਜੀ ਅਸੀਂ ਜਿੱਥੇ ਸਾਡੇ ਪ੍ਰੋਗਰਾਮ ਉਲੀਕੇ ਨੇ ਉੱਥੇ ਵੀ ਜਾ ਰਹੇ ਹਾਂ ਪਰ ਰਾਹ 'ਚ ਜਿੱਥੇ ਕਿਤੇ ਬੱਸ ਅੱਡੇ ਨੇ ਜਿੱਥੇ ਕਿਤੇ ਲੋਕ ਸੱਥਾਂ 'ਚ ਬੈਠੇ ਨੇ ਅਸੀਂ ਉਹਨਾਂ ਕੋਲ ਵੀ ਉਤਰ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਮੈਨੂੰ ਲੱਗਦਾ ਤੁਸੀਂ ਵੀ ਪਿੱਛੇ ਰਿਕਾਰਡ ਕੀਤਾ ਹੋਊਗਾ ਕਿ ਲੋਕ ਕਿੰਨੇ ਤਪੇ ਹੋਏ ਨੇ ਇੱਥੋਂ ਦੇ ਪ੍ਰੈਜ਼ੈਂਟ MP ਤੋਂ ਬਾਦਲਾਂ ਤੋਂ ਲੋਕ ਬਹੁਤ ਜ਼ਿਆਦਾ ਖੁੰਦ ਖਾਈ ਬੈਠੇ ਨੇ ਕਿਉਂਕਿ ਸਾਡੇ ਪੰਜਾਬੀਆਂ ਲਈ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਛ ਵੀ ਨਹੀਂ ਅਕਾਲੀ ਦਲ ਬਾਦਲ ਸਪੈਸ਼ਲੀ ਲੋਕ ਮੁੱਠੀਆਂ 'ਚ ਥੁੱਕੀ ਬੈਠੇ ਨੇ ਕਿ ਇਹਨਾਂ ਨੂੰ ਕੱਖ ਨਹੀਂ ਦੇਣਾ ਸੋ ਢੀਂਡਸਿਆਂ ਦੀ ਵੀ ਸੀਟ ਅਨਾਊਂਸ ਹੋਈ ਹੈ ਤੁਸੀਂ ਦੇਖ ਹੀ ਲਿਆ ਕਿ ਸੁਖਦੇਵ ਢੀਂਡਸਾ ਕਹਿੰਦਾ ਵੀ ਨਾ ਲੜ ਪੁੱਤਰਾ ਅਤੇ ਪੁੱਤ ਕਹਿੰਦਾ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਆਪਣੇ ਸਗੇ ਪਿਓ ਤੋਂ ਉੱਤੇ ਮੈਨੂੰ ਸੁਖਬੀਰ ਬਾਦਲ ਹੈ ਅਤੇ ਉਹ ਵੀ ਵਿਚਾਰੇ ਡਰਦੇ ਡਰਦੇ ਚੋਣ ਮੈਦਾਨ 'ਚ ਆ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ ਨੇ ਤੋ ਸਾਰਿਆਂ ਨੂੰ ਪਤਾ ਲੱਗ ਗਿਆ ਸਾਨੂੰ ਪਿੱਛੇ ਸੱਥ 'ਚ ਬਜ਼ੁਰਗ ਕਹਿ ਰਹੇ ਸੀ ਕਹਿੰਦੇ ਹੁਣ ਉਹ ਵਾਲੇ ਨਹੀਂ ਰਹੇ ਅਸੀਂ ਕਹਿੰਦੇ ਅਸੀਂ ਸਾਨੂੰ ਸਾਰਾ ਪਤਾ ਹੈ ਉਹ ਵੀ ਮੋਬਾਈਲ 'ਤੇ ਸਾਰਾ ਕੁਝ ਚੈੱਕ ਕਰ ਲੈਂਦੇ ਹੈ ਕਿਹੜਾ ਪਰਸੋਂ ਕੀ ਕਹਿ ਰਿਹਾ ਸੀ ਅਤੇ ਅੱਜ ਕੀ ਸਟਿੰਗ ਜੇ ਹੋਏ ਨੇ ਤਾਂ ਭਾਈ ਜੇ ਸ਼ੇਰ ਸਿੰਘ ਘੁਬਾਇਆ ਅਸਲੀ ਹੋਈ ਹੋਣਾ ਉਹਦੇ 'ਚ ਸਾਨੂੰ ਤਾਂ ਸਾਡੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਧਰਮਵੀਰ ਗਾਂਧੀ ਜੀ 'ਤੇ ਮਾਣ ਹੈ ਸਾਡੇ ਡਾਕਟਰ ਦਾ ਵੀ ਸਟਿੰਗ ਕਰਨ ਗਏ ਸੀ ਪਰ ਉਹਨੇ ਮਨਾ ਕੀਤਾ ਅਤੇ ਸਾਨੂੰ ਮਾਣ ਹੈ ਕਿ ਉਹ ਬੰਦਾ ਸਾਡੇ ਵਾਲਾ ਅਤੇ ਸਾਡੇ ਨਾਲ ਹੈ ਸੱਚ ਸਾਡੇ ਨਾਲ ਹੈ ਪੈਸੇ ਅੱਗੇ ਨਾ ਸਿਮਰਜੀਤ ਬੈਂਸ ਅਤੇ ਨਾ ਸੁਖਪਾਲ ਖਹਿਰਾ ਨਾ ਜੱਸੀ ਜਸਰਾਜ ਨਾ ਧਰਮਵੀਰ ਗਾਂਧੀ ਨਾ ਬੀਬੀ ਪਰਮਜੀਤ ਕੌਰ ਖਾਲੜਾ ਸਾਡਾ ਜਿਹੜਾ ਇੱਕ ਗੱਠਜੋੜ ਹੈ ਉਹਦੇ ਵਿੱਚ ਇੱਕ ਅਣਖੀ ਯੋਧਿਆਂ ਦੀ ਇੱਕ ਟੀਮ ਬਣੀ ਹੈ ਜਿਹੜੇ ਪੰਜਾਬ ਦੇ ਹੱਕਾਂ ਲਈ ਬਸਪਾ ਦੇ ਸਹਿਯੋਗ ਨਾਲ RMPI ਦੇ ਸਹਿਯੋਗ ਨਾਲ ਅਤੇ CPI ਦੇ ਸਹਿਯੋਗ ਨਾਲ ਪੰਜਾਬ ਦੇ ਮੁੱਦੇ ਸੰਸਦ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਅਸੀਂ ਉਹੀ ਤਾਂ ਕਹਿ ਰਹੇ ਹਾਂ ਜੀ ਲਗੀ ਜੋ ਤੇਰੇ ਕਲੇਜੇ ਮੈਂ ਅਭੀ ਛੁਰੀ ਨਹੀਂ ਹੈ ਇਹ ਮਤ ਸੋਚਣਾ ਕਿ ਸੰਗਰੂਰ ਕੀ ਹਾਲਤ ਬੁਰੀ ਨਹੀਂ ਹੈ ਜਨਤਾ ਜੇ ਵਿਰੋਧ ਕਰ ਰਹੀ ਹੈ ਉਹ ਇਮਾਨਦਾਰ ਕੇਜਰੀਵਾਲ ਜਿਹੜਾ ਲੱਗਦਾ ਸੀ 2014 'ਚ ਆਹੀ ਲੋਕ ਭਗਵੰਤ ਦੀ ਖੁਦ ਹੀ ਵਰਡਿੰਗ ਹੈ ਜਿਹੜਾ ਕਹਿੰਦਾ ਹੁੰਦਾ ਸੀ ਕਿ ਸਿੰਗਲੇ ਦੇ ਕੋਲੋਂ ਲੋਕ ਤੇਲ ਪਵਾਉਂਦਾ ਯੂਥ ਢੀਂਡਸੇ ਦੇ ਰੈਲੀ 'ਚੋਂ ਤੇਲ ਪਵਾ ਕੇ ਆਉਂਦਾ ਯੂਥ ਪਰ ਆ ਜਾਂਦਾ ਮੇਰੇ ਨਾਲ ਅੱਜ ਉਹੀ ਯੂਥ ਸਵਾਲ ਵੀ ਤਾਂ ਕਰੂਗਾ ਬਾਈ ਗੱਡੀਆਂ ਅਸੀਂ ਤੋੜੀਆਂ ਅਤੇ ਭਾਈ ਤੇਲ ਅਸੀਂ ਆਪਣਾ ਪਵਾਇਆ ਰੋਟੀ ਦਾ ਅਤੇ ਚਾਹ ਦਾ ਕੱਪ ਇੱਕ ਤੇਰਾ ਪੀਤਾ ਨਹੀਂ ਪ੍ਰਚਾਰ ਤੇਰਾ ਕਰਾਇਆ MP ਤੈਨੂੰ ਬਣਾਇਆ ਅਤੇ ਸਾਨੂੰ ਕੀ ਮਿਲਿਆ ਇੱਥੇ ਮਹਿਲ ਕਲਾਂ 'ਚ ਪਰਚੇ ਕਰਾਏ ਨੇ ਆਮ ਆਦਮੀ ਪਾਰਟੀ ਦੇ ਯੂਥ 'ਤੇ ਉਹ ਵੀ ਇੱਕ ਮੁੰਡਾ ਪਰਮਾਤਮਾ ਦੀ ਹੈਂਡੀਕੈਪ ਮੁੰਡਾ ਆ ਕਰਮ ਉੱਪਲ ਬਾਈ ਜੀ ਉਹ ਬੰਦਾ ਡੇਢ ਮਹੀਨਾ ਜੇਲ੍ਹ 'ਚ ਕੱਟ ਕੇ ਆਇਆ ਭਗਵੰਤ ਮਾਨ ਦੀ ਬਦੌਲਤ
ਆਹ ਸਿਲਾ ਮਿਲ ਰਿਹਾ ਵਲੰਟੀਅਰਸ ਨੂੰ। ਲੋਕਾਂ ਨੂੰ ਪਤਾ ਹੈ ਜੀ ਹੁਣ ਮੈਂ ਕੀ ਕਹਿਣਾ। ਬਾਈ ਤੁਸੀਂ ਸੁਣਿਆ ਹੋਣਾ ਕੇਜਰੀਵਾਲ 2014-13 'ਚ ਕਹਿੰਦਾ ਸੀ ਸ਼ੀਲਾ ਦੀਕਸ਼ਿਤ ਨੂੰ 2 ਮਹੀਨੇ 'ਚ ਜੇਲ੍ਹ ਸਿੱਟੂਗਾ ਜਦੋਂ ਮੇਰੀ ਸਰਕਾਰ ਆ ਗਈ, ਕਹਿੰਦਾ ਸੀ ਅਤੇ ਕੀ ਜੇਲ੍ਹ 'ਚ ਹੈ ਉਹ? ਨਹੀਂ ਹੈਗੀ। ਮਜੀਠੀਆ ਚਿੱਟੇ ਦਾ ਤਸਕਰ ਹੈ, ਉਹਨੂੰ ਮੈਂ ਜੇਲ੍ਹ 'ਚ ਸਿੱਟੂਗਾ ਅਤੇ ਮਜੀਠੀਏ ਤੋਂ ਮਾਫ਼ੀ ਕਿਹਨੇ ਮੰਗੀ ਹੈ ਦੱਸੋਗੇ? ਮੈਂ ਬੋਲਾਂ ਥੋੜ੍ਹਾ ਜਿਹਾ, ਮਜੀਠੀਏ ਤੋਂ ਮਾਫ਼ੀ ਕਿਹਨੇ ਮੰਗੀ ਹੈ? ਕੇਜਰੀਵਾਲ ਨੇ। ਬਾਈ ਇਹ ਕੇਜਰੀਵਾਲ ਸਾਹਿਬ ਨਾ ਲੋਕਾਂ ਨੂੰ ਕਈ ਸਾਲ, ਕਿਸੇ ਨੂੰ 20 ਸਾਲ ਲੱਗੇ ਬੇਈਮਾਨ ਹੋਣ ਨੂੰ, ਕਿਸੇ ਨੂੰ 50 ਸਾਲ ਲੱਗੇ। ਕੇਜਰੀਵਾਲ ਸਾਹਿਬ 5 ਸਾਲ 'ਚ ਹੀ ਰੰਗ ਬਦਲ ਗਏ ਨੇ ਅਤੇ ਜਨਤਾ ਜਿਹੜੀ ਪੰਜਾਬ ਦੀ ਹੈ, ਜਿੰਨਾ ਸੱਚ ਦੇ ਬੂਟੇ ਨੂੰ ਪਾਣੀ ਲਾਉਂਦੀ ਹੈ ਉਹਨਾਂ ਝੂਠ ਤੇ ਕੁਫਰ ਦੇ ਬੂਟੇ ਨੂੰ ਪੱਟ ਕੇ ਬਾਹਰ ਵੀ ਸਿੱਟਣਾ ਜਾਣਦੀ ਹੈ। ਉਧਰ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਵਿੰਦਰ ਸਿੰਘ ਢੀਂਡਸਾ ਦੀ, ਤਾਂ ਅਕਾਲੀ ਦਲ ਨੇ ਢੀਂਡਸਾ ਤੇ ਦਾਅ ਖੇਡਿਆ। ਆਪਣੇ ਪਿਤਾ ਦੀ ਸਹਿਮਤੀ ਤੋਂ ਬਿਨਾਂ ਹੀ ਚੋਣ ਮੈਦਾਨ ਦੇ ਵਿੱਚ ਪਰਵਿੰਦਰ ਸਿੰਘ ਢੀਂਡਸਾ ਉਤਰ ਗਏ ਨੇ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੇ ਤਾਂ ਪਹਿਲਾਂ ਹੀ ਸਾਫ਼ ਸਾਫ਼ ਐਲਾਨ ਕਰ ਦਿੱਤਾ ਸੀ ਕਿ ਨਾ ਤਾਂ ਉਹ ਚੋਣ ਮੈਦਾਨ ਦੇ ਵਿੱਚ ਉਤਰਨਗੇ ਅਤੇ ਨਾ ਹੀ ਕਿਸੇ ਦੇ ਲਈ ਚੋਣ ਪ੍ਰਚਾਰ ਕਰਨਗੇ। ਦੱਸ ਦਈਏ ਕਿ ਉਹਨਾਂ ਨੇ ਆਪਣੇ ਪੁੱਤਰ ਯਾਨੀ ਕਿ ਪਰਵਿੰਦਰ ਸਿੰਘ ਢੀਂਡਸਾ ਨੂੰ ਵੀ ਚੋਣ ਮੈਦਾਨ ਦੇ ਵਿੱਚ ਨਾ ਉਤਰਨ ਦੀ ਸਲਾਹ ਦਿੱਤੀ ਸੀ, ਪਰ ਪਰਵਿੰਦਰ ਸਿੰਘ ਢੀਂਡਸਾ ਨੇ ਆਪਣੇ ਪਿਤਾ ਦੀ ਸਲਾਹ ਨੂੰ ਕਿਨਾਰਾ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਰ ਪਏ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਵਿੰਦਰ ਸਿੰਘ ਢੀਂਡਸਾ ਨੂੰ ਭਾਵ ਕੇ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੀ ਘਾਟ ਜ਼ਰੂਰ ਰੜਕੇਗੀ ਅਤੇ ਸੰਸਦੀ ਹਲਕੇ ਦੇ ਵਿੱਚ ਸਮੁੱਚੀ ਅਕਾਲੀ ਲੀਡਰਸ਼ਿਪ ਪਰਵਿੰਦਰ ਸਿੰਘ ਢੀਂਡਸਾ ਦੇ ਹੱਕ ਦੇ ਵਿੱਚ ਨਿਤਰ ਕੇ ਸਾਹਮਣੇ ਆਈ ਹੈ ਅਤੇ ਲਗਾਤਾਰ ਪਰਵਿੰਦਰ ਸਿੰਘ ਢੀਂਡਸਾ 4 ਵਾਰ ਸੁਨਾਮ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕੇ ਨੇ। ਪਰਵਿੰਦਰ ਸਿੰਘ ਢੀਂਡਸਾ ਹੁਣ ਤੱਕ ਹਲਕਾ ਲਹਿਰਾ ਗਾਗਾ ਤੋਂ ਵਿਧਾਇਕ ਸਨ। ਜੇਕਰ ਸਿਆਸੀ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਉਮੀਦਵਾਰ ਨੂੰ ਦੇਖਦੇ ਹੋਇਆਂ ਸਿਆਸੀ ਮਾਹੌਲ ਭਖਣਾ ਸ਼ੁਰੂ ਹੋ ਗਿਆ ਅਤੇ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ, ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਉਮੀਦਵਾਰ ਪਰਵਿੰਦਰ ਸਿੰਘ ਢੀਂਡਸਾ ਵੱਲੋਂ ਵੀ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ। ਜੋ ਸਾਰੇ ਹੀ ਸਾਡੇ ਜ਼ਿਲ੍ਹੇ ਦੇ ਆਗੂ ਸਾਹਿਬਾਨ, ਵਰਕਰ ਸਾਹਿਬਾਨ, ਹਲਕਾ ਇੰਚਾਰਜ, ਹੋਰ ਸਾਰੇ ਪਤਵੰਤੇ ਅੱਜ ਸਾਰੇ ਹੀ ਜਿਹੜੇ ਨੇ ਸਾਡੇ ਇਸ ਚੋਣ ਮੁਹਿੰਮ ਦੇ ਆਗਾਜ਼ ਦੇ ਵਿੱਚ ਸ਼ਾਮਿਲ ਹੋਏ ਨੇ। ਮੈਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਨਾਲ ਮੈਂ ਸਮਝਦਾ ਬੜੀ ਵੱਡੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਦਿੱਤੀ ਹੈ ਜੋ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਦੀ ਭਾਵਨਾਵਾਂ ਨੂੰ ਮੁੱਖ ਰੱਖ ਕੇ ਜਿਹੜੀ ਹੈ ਜਿੱਥੇ ਚੋਣ ਮੁਹਿੰਮ ਅਸੀਂ ਲੜਨੀ ਹੈ ਉਹਦੇ ਨਾਲ ਨਾਲ ਸਾਡੀ ਕੋਸ਼ਿਸ਼ ਹੋਏਗੀ ਵੀ ਅਸੀਂ ਲੋਕਾਂ ਦਾ ਵਿਸ਼ਵਾਸ ਜਿੱਤੀਏ ਅਤੇ ਲੋਕਾਂ ਦੇ ਜੋ ਮਸਲੇ ਨੇ, ਲੋਕਾਂ ਦੀਆਂ ਸਮੱਸਿਆਵਾਂ ਨੇ, ਲੋਕਾਂ ਨਾਲ ਜੋ ਜੁੜੇ ਹੋਏ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਭਾਵੇਂ ਵਿਕਾਸ ਦੀਆਂ ਲੋੜਾਂ ਨੇ, ਉਹ ਸਾਰਿਆਂ ਨੂੰ ਅਸੀਂ ਜਾ ਕੇ ਉੱਥੇ ਉਠਾਈਏ ਅਤੇ ਪੂਰਾ ਕਰਵਾਈਏ। ਸਿਰਫ ਉਠਾਉਣਾ ਨਹੀਂ ਬਲਕਿ ਉਹਨਾਂ ਨੂੰ ਪੂਰਾ ਵੀ ਕਰਾਉਣਾ, ਵਿਕਾਸ ਵੀ ਕਰਨਾ ਅਤੇ ਕੋਈ ਵੱਡੇ ਪ੍ਰੋਜੈਕਟ ਵੀ ਇਲਾਕੇ ਵਾਸਤੇ ਲੈ ਕੇ ਆਉਣੇ, ਸਾਡੀ ਕੋਸ਼ਿਸ਼ ਹੋਣੀ। ਉਹ ਹਜੇ ਤਾਂ ਸ਼ੁਰੂਆਤ ਹੈ ਚੋਣ ਅਕਾਸ ਦੀ, ਚੋਣਾਂ ਦੇ ਵਿੱਚ ਜਿਹੜਾ ਨੇੜੇ ਜਾ ਕੇ ਪਤਾ ਚੱਲਦਾ ਵੀ ਕੀ ਮੁਕਾਬਲਾ, ਕਿਹਦੇ ਨਾਲ ਮੁਕਾਬਲਾ, ਪਰ ਮੈਂ ਇਹ ਗੱਲ ਕਹਿ ਸਕਦਾ ਵੀ ਜਿਸ ਤਰ੍ਹਾਂ ਦਾ ਵਰਕਰਾਂ ਦੇ ਉਤਸ਼ਾਹ ਹੈ, ਜਿੰਦਾ ਸੰਗਤ ਦੇ ਵਿੱਚ ਉਤਸ਼ਾਹ ਹੈ, ਇਸ ਵਾਰ ਅਵਸ਼ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰ। ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਹਾਲਾਤ ਹੋਰ ਸਖ਼ਤ ਬਣਾ ਦਿੱਤੇ ਨੇ। ਇਸ ਲਈ ਕਾਫ਼ੀ ਦਿਲਚਸਪ ਰਹਿਣ ਵਾਲਾ ਹੋਵੇਗਾ ਸੰਗਰੂਰ ਲੋਕ ਸਭਾ ਸੀਟ ਦਾ ਮੁਕਾਬਲਾ। ਕਾਂਗਰਸ ਪਾਰਟੀ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਫ਼ੀ ਕਰੀਬੀ ਮੰਨੇ ਜਾਂਦੇ ਨੇ। ਢਿੱਲੋਂ ਨੇ 2007 ਅਤੇ 2012 ਦੇ ਵਿੱਚ ਅਸੈਂਬਲੀ ਦੀ ਚੋਣ ਜਿੱਤੀ ਸੀ ਅਤੇ 2017 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਨੂੰ ਹਰਾ ਕੇ ਚੋਣ ਮੈਦਾਨ ਦੇ ਵਿੱਚ ਗਏ ਸਨ। ਢਿੱਲੋਂ ਸੰਸਦੀ ਹਲਕੇ ਅਧੀਨ ਪੈਂਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੋਵਾਲ ਦੇ ਰਹਿਣ ਵਾਲੇ ਨੇ ਅਤੇ ਕੇਵਲ ਸਿੰਘ ਢਿੱਲੋਂ ਨੇ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਮਾਨ ਸਿਰਫ ਕਮੇਡੀ ਕਰ ਸਕਦੇ ਨੇ ਅਤੇ ਉਹਨਾਂ ਦਾ ਕੰਮ ਕਮੇਡੀ ਹੀ ਕਰਨਾ। ਇਸ ਤੋਂ ਇਲਾਵਾ ਢਿੱਲੋਂ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਮੈਂ ਇਹੋ ਜਿਹਾ ਬੇਮਿਸਾਲ ਇਕੱਠ, ਲੋਕਾਂ ਦਾ ਉਤਸ਼ਾਹ ਕਦੇ ਜ਼ਿੰਦਗੀ 'ਚ ਨਹੀਂ ਦੇਖਿਆ। 35 ਕਿਲੋਮੀਟਰ ਦਾ ਰੋਡ ਸ਼ੋਅ ਔਰ ਲੋਕਾਂ ਦੇ ਆਪਣੇ ਹੀਲੇ ਵਸੀਲੇ ਨਾਲ ਆਪਣੇ ਕਾਰਾਂ 'ਚ, ਆਪਣੇ ਵਾਹਨਾਂ 'ਚ ਲੋਕ ਆਪ ਆਏ ਆ। ਅੱਜ ਲੋਕਾਂ ਨੇ ਇੱਕ ਪਾਸੇ ਕਰਤਾ ਕਿ ਆਉਣ ਵਾਲਾ
ਜਿਹੜਾ 19 ਤਰੀਕ ਨੂੰ ਵੋਟਾਂ ਪੈਣੀਆਂ 23 ਨੂੰ ਰਿਜ਼ਲਟ ਨਿਕਲਣਾ ਜਿਹੜੀ ਬਾਕੀ ਦੀਆਂ ਪਾਰਟੀਆਂ ਉਹ ਤੋਂ ਦੁੱਗਣੀ ਵੋਟ ਕਾਂਗਰਸ ਨੂੰ ਪਊ। ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਸਿਮਰਜੀਤ ਸਿੰਘ ਮਾਨ ਨੂੰ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜੋ ਕਿ ਖੁਦ ਪਾਰਟੀ ਦੇ ਪ੍ਰਧਾਨ ਵੀ ਨੇ। ਮਾਨ ਨੇ 1996 ਅਤੇ 1998 'ਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਬਰਨਾਲਾ ਤੋਂ ਚੋਣ ਹਾਰ ਗਏ ਸਨ ਪਰ 1999 ਦੇ ਵਿੱਚ ਆਪਣੀ ਹਾਰ ਦਾ ਬਦਲਾ ਲੈਣ ਲਈ ਸਫਲ ਹੋ ਗਏ ਸਨ। ਬਤੌਰ MP ਰਹਿ ਚੁੱਕੇ ਸਿਮਰਜੀਤ ਸਿੰਘ ਮਾਨ ਹਲਕੇ ਦੇ ਹਰ ਪਿੰਡ ਤੋਂ ਵਾਕਫ ਨੇ। ਉੱਧਰ ਸਿਮਰਜੀਤ ਸਿੰਘ ਮਾਨ ਵੱਲੋਂ ਇਸ ਮੁੱਦੇ 'ਤੇ ਬਾਦਲਾਂ ਨੂੰ ਵੀ ਘੇਰਿਆ ਗਿਆ। ਉਹਨਾਂ ਕਿਹਾ ਕਿ IG ਵਿਜੇ ਪ੍ਰਤਾਪ ਸਿੰਘ ਜੋ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੇ ਸਨ ਉਹਨਾਂ ਨੇ ਜਾਣ ਬੁੱਝ ਕੇ IG ਦੀ ਬਦਲੀ ਕਰਵਾਈ ਹੈ। ਇਹ ਸਭ ਕੁਝ ਕਾਂਗਰਸ ਅਤੇ ਚੋਣ ਕਮਿਸ਼ਨ ਅਤੇ ਅਕਾਲੀ ਦਲ ਦੀ ਮਿਲੀ ਭੁਗਤ ਦੇ ਨਾਲ ਹੋਇਆ। ਸਿਮਰਜੀਤ ਸਿੰਘ ਮਾਨ ਨੇ ਆਪਣੇ ਵਿਰੋਧੀਆਂ ਨੂੰ ਕਿਵੇਂ ਨਿਸ਼ਾਨੇ 'ਤੇ ਲਿਆ ਉਹ ਵੀ ਜ਼ਰਾ ਸੁਣ ਲਵੋ। ਇਹ ਬੜਾ ਅਫਸੋਸ ਹੈ ਜੀ ਸਾਨੂੰ ਸਿੱਖਾਂ ਦੇ ਨਾਲ ਜਿਹੜਾ ਸੈਂਟਰ ਦਾ ਇਲੈਕਸ਼ਨ ਕਮਿਸ਼ਨ ਹੈ 1991 ਦੇ ਵਿੱਚ ਇਸ ਨੇ ਆਖਰੀ ਮੌਕੇ ਦੇ ਉੱਤੇ ਸਾਡੇ ਇਲੈਕਸ਼ਨਸ ਪੰਜਾਬ ਦੇ ਰੱਦ ਕਰ ਦਿੱਤੇ ਸੀਗੇ ਅਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ ਬਰਗਾੜੀ ਦੀ ਤਫਤੀਸ਼ ਹੋ ਰਹੀ ਹੈ ਜਿੱਥੇ ਜ਼ੁਲਮ ਹੋਇਆ ਸਿੱਖਾਂ ਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਸਾਡੇ ਬੱਚੇ ਮਾਰੇ ਗਏ ਹੈ ਅਤੇ ਜਿਹੜੀ ਏਜੰਸੀ ਉਸ ਦੀ ਤਫਤੀਸ਼ ਕਰਦੀ ਹੈ ਪ੍ਰਤਾਪ ਸਿੰਘ ਉਸ ਨੂੰ ਤਬਾਦਲਾ ਕਰ ਦੇਣਾ, ਇਹ ਤਾਂ ਕਾਂਗਰਸ ਅਤੇ BJP ਅਤੇ ਇਲੈਕਸ਼ਨ ਕਮਿਸ਼ਨ ਦੀ ਮਿਲੀ ਭਗਤ ਦੇ ਨਾਲ ਇਹ ਸਾਰਾ ਕੁਛ ਹੋਇਆ ਕਿ ਸਿੱਖਾਂ ਨੂੰ ਇਨਸਾਫ ਨਾ ਮਿਲੇ, ਨਾ ਤਾਂ ਦਰਬਾਰ ਸਾਹਿਬ ਦਾ ਇਨਸਾਫ ਮਿਲੇ, ਨਾ 1984 ਜਿਹੜੀ ਸਾਡੀ ਨਸਲਕੁਸ਼ੀ ਹੋਈ ਆ ਉਹਦਾ ਇਨਸਾਫ ਮਿਲੇ। ਅੱਜ ਤੱਕ ਸਾਨੂੰ ਸਿੱਖਾਂ ਨੂੰ ਇਨਸਾਫ ਹੀ ਨਹੀਂ ਮਿਲਦਾ। ਜੇ ਮੈਂ ਇਹ ਇਨਸਾਫ ਦੀ ਗੱਲ ਕਰਦਾ ਮੇਰੇ 'ਤੇ ਇਲਜ਼ਾਮ ਲੱਗ ਜਾਂਦਾ ਜੀ ਇਹ ਤਾਂ ਹਿੰਦੂਆਂ ਦੇ ਖਿਲਾਫ ਹੈ। ਮੇਰਾ ਮਤਲਬ ਸਾਡੀ ਆਵਾਜ਼ ਬੰਦ ਕਰਤੀ ਹੈ ਇਹੋ ਜਿਹੇ ਪ੍ਰੈਸ਼ਰ ਦੇ ਨਾਲ ਕਿ ਇਹ ਤਾਂ ਇਹਦਾ ਅਸਰ ਇਹ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਜਿੰਨੇ ਵੀ ਸਾਡੇ ਲੀਡਰ ਹੈ ਬਾਦਲ, ਸੁਖਬੀਰ ਸਾਰੇ ਇਹ ਤਾਂ ਹਿੰਦੁੱਤਵਾ ਦੇ ਨਾਲ ਰਲ ਗਏ ਹੈ। ਹੁਣ ਬਾਦਲ ਦੀ ਪਾਰਟੀ ਕਹਿੰਦੀ ਹੈ, ਟਕਸਾਲ ਦੀ ਅਕਾਲੀ ਦਲ ਕਹਿੰਦੀ ਹੈ ਕਿ ਜੇ ਅਸੀਂ ਜਿੱਤ ਗਏ ਮੋਦੀ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਤਾਂ ਮੇਰਾ ਮਤਲਬ ਫਿਰ ਸਿੱਖਾਂ ਨੂੰ ਜਸਟਿਸ ਕਿਵੇਂ ਮਿਲੂਗੀ। ਜੇਕਰ ਸ਼੍ਰੋਮਣੀ ਅਕਾਲੀ ਦਲ ਟਕਸਾਲੇ ਦੀ ਗੱਲ ਕੀਤੀ ਜਾਵੇ ਤਾਂ ਬਾਦਲਾਂ ਦਾ ਪੱਲਾ ਛੱਡ ਕੇ ਆਪਣੀ ਅਲੱਗ ਪਾਰਟੀ ਬਣਾਉਣ ਵਾਲੇ ਦਿੱਗਜ ਟਕਸਾਲੀਆਂ ਵੱਲੋਂ ਵੀ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ। ਉਹਨਾਂ ਨੇ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜੋ ਕਿ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣਗੇ ਅਤੇ ਉਹਨਾਂ ਵੱਲੋਂ ਬਾਦਲਾਂ 'ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ। ਦੇਖੋ, ਜਨਤਾ ਦੀ ਕਚਹਿਰੀ ਦੇ ਵਿੱਚ ਜਿਹੜੇ ਵੱਡੇ ਮੁੱਦੇ ਨੇ ਉਹ ਇਹੀ ਨੇ ਕਿ ਪੰਜਾਬ ਦੇ ਵਿੱਚ ਗਿਣੀ ਮਿਤੀ ਸਾਜ਼ਿਸ਼ ਅਧੀਨ ਉਸ ਸਮੇਂ ਦੀ ਬਾਦਲ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕਰਾਈ, ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਕੀਤਾ, ਕੋਟ ਕਪੂਰੇ ਦੇ ਵਿੱਚ ਗੋਲੀ ਕਾਂਡ ਕੀਤਾ ਅਤੇ ਉਹਨਾਂ ਨੇ ਸਿੱਖਾਂ ਦੀ ਆਜ਼ਾਦ ਹਸਤੀ ਨੂੰ ਖਤਮ ਕਰਨ ਦੀ ਜਿਹੜੀ ਹੈ ਪੁਰਜ਼ੋਰ ਕੋਸ਼ਿਸ਼ ਕੀਤੀ, ਸਿੱਖ ਅਤੇ ਹਿੰਦੂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਸਾਡੇ ਲਈ ਬੜੇ ਵੱਡੇ ਮੁੱਦੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਝੂਠੀਆਂ ਸਹੁੰਆਂ ਖਾ ਕੇ ਅਤੇ ਜਿੰਨੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ, ਅੱਜ ਉਹ ਬੜਾ ਵੱਡਾ ਮੁੱਦਾ ਹੈ ਅਤੇ ਇੱਕ ਵੀ ਉਹਨਾਂ ਦੇ ਵਿੱਚੋਂ ਵਾਅਦਾ ਪੂਰਾ ਨਹੀਂ ਕਰਿਆ, ਇਹ ਵੀ ਉਸ ਦੇ ਵਿੱਚ ਬੜਾ ਵੱਡਾ ਮੁੱਦਾ ਹੈ। ਕੇਂਦਰ ਦੀ ਭਾਜਪਾ ਸਰਕਾਰ ਜਿਸ ਤਰ੍ਹਾਂ ਉਹਨਾਂ ਨੇ ਨੋਟਬੰਦੀ ਕੀਤੀ, ਦੇਖੋ ਨੋਟਬੰਦੀ ਨਾਲ ਜਿਹੜੀ ਸੀ ਪੰਜਾਬ ਦੀ ਆਰਥਿਕਤਾ, ਹਿੰਦੁਸਤਾਨ ਦੀ ਆਰਥਿਕਤਾ, ਸਾਰਿਆਂ ਦੀ ਆਰਥਿਕਤਾ ਤਬਾਹ ਕਰ ਦਿੱਤੀ ਗਈ। ਇਹ ਨੋਟਬੰਦੀ ਦਾ ਐਸਾ ਘਾਤਕ ਅਸਰ ਹੋਇਆ ਕਿ ਅੱਜ ਤੱਕ ਪੰਜਾਬ ਦੀ ਆਰਥਿਕਤਾ ਜਿਹੜੀ ਹੈ ਉੱਠ ਨਹੀਂ ਸਕੀ। ਇਸ ਦਾ ਅਮੀਰ ਲੋਕਾਂ 'ਤੇ ਅਸਰ ਨਹੀਂ ਪਿਆ ਬਲਕਿ ਮਜ਼ਦੂਰਾਂ 'ਤੇ, ਕਿਰਤੀਆਂ 'ਤੇ ਅਤੇ ਮਿਡਲ ਕਲਾਸ 'ਤੇ ਵੱਡਾ ਅਸਰ ਹੋਇਆ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ 'ਤੇ ਮੁਕਾਬਲਾ ਕਾਫੀ ਰੋਚਕ ਰਹਿਣ ਵਾਲਾ ਹੈ। ਉਹਨਾਂ ਸੀਟਾਂ ਦੇ ਵਿੱਚੋਂ ਇੱਕ ਸੀਟ ਹੈ ਸੰਗਰੂਰ ਦੀ, ਜਿੱਥੇ ਕਿ ਮੁੜ ਤੋਂ ਆਪ ਵੱਲੋਂ ਭਗਵੰਤ ਮਾਨ, PDA ਨੇ ਜੱਸੀ ਜਸਰਾਜ, ਕਾਂਗਰਸ ਨੇ ਕੇਵਲ ਸਿੰਘ ਢਿੱਲੋਂ ਅਤੇ ਪੀਤਾ ਤੋਂ ਨਾਰਾਜ਼ ਕਰਕੇ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰੇ ਪਰਵਿੰਦਰ ਸਿੰਘ ਢੀਂਡਸਾ ਅਤੇ ਇਸ ਤੋਂ ਇਲਾਵਾ ਟਕਸਾਲੀਆਂ ਵੱਲੋਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਜੀਤ ਸਿੰਘ ਮਾਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਸੰਗਰੂਰ ਦੇ ਹਲਕੇ ਦੇ ਲੋਕ ਕਿਸ ਤਰ੍ਹਾਂ ਅਤੇ ਕਿਸ ਦੀ ਜਿੱਤ ਨੂੰ ਝੋਲੀ ਪਾਉਣਗੇ, ਕਿ ਪਰਵਿੰਦਰ ਸਿੰਘ ਢੀਂਡਸਾ ਨੂੰ ਪਿਤਾ ਦੀ ਸਲਾਹ ਨਾ ਮੰਨਣ ਦਾ ਖਾਮਿਆਜ਼ਾ ਭੁਗਤਣਾ ਪਵੇਗਾ ਜਾਂ ਫਿਰ ਭਗਵੰਤ ਮਾਨ ਮੁੜ ਤੋਂ ਲੋਕਾਂ ਦੇ ਯਕੀਨ ਨੂੰ ਕਾਮਯਾਬ ਕਰਨ ਦੇ ਵਿੱਚ ਕੋਸ਼ਿਸ਼ ਕਰ ਪਾਉਣਗੇ ਜਾਂ ਜੱਸੀ ਜਸਰਾਜ ਨੂੰ ਲੋਕ ਮੌਕਾ ਦੇਣਗੇ।
या फिर देखने वाली गल होगी कि केवल सिंह ढिलों की किस्मत चमकेगी या सिमरजीत सिंह मान ते लोग विश्वास जताउणगे। ये सब तो चोणों के नतीजे तो बाद ही साफ हो पाएगा। लोग 19 मई को अपने उम्मीदवार चोण मैदान दे विच जो उतरे हुए ने उन्हां दी किस्मत लिख देंगे अते 23 मई नूं नतीजा सामने आ जाएगा। सो इस प्रोग्राम दे विच इन्ना ही, फिर तो मिलेंगे एक होर लोक सभा सीट दे नाल। तद तक लई मैनूं दिओ इजाजत, धन्नवाद।